जोगिंदर सिंह जी स्वागत है जी तुहाडा प्राइम एशिया टीवी ते। सत श्री अकाल सर। जोगिंदर सिंह जी पहला ते तुहाडा थैंक यू करना चाहुंदा जी, तुसी पहला भी सानू लाइव लिया जी, तुहाडे चैनल दे थ्रू असी पहला भी सरकार तक अपनी आवाज पहुंचाई आ, ते हुण भी असी तुहाडे चैनल दे थ्रू अपनी आवाज सरकार तक पहुंचाउणा चाहुंदे आ जी, बहुत बहुत धन्यवाद जी। अच्छा जोगिंदर सिंह जी पहला ये दस्सिओ कि ਤੁਹਾਡੀ ਕਿਹੜੀ ਭਰਤੀ ਹੈ, ਕਿਉਂਕਿ 17 18 20 ਤਰ੍ਹਾਂ ਦੀਆਂ ਭਰਤੀਆਂ ਨੇ, ਕਈ ਵਾਰੀ ਚੀਜ਼ਾਂ ਇੱਕ ਦੂਜੇ ਦੇ ਵਿੱਚ ਮਲਗੋਬਾ ਹੋਣ ਲੱਗ ਪੈਂਦੀਆਂ। ਕਿਹੜੀ ਅਸਾਮੀ ਦੇ ਲਈ ਭਰਤੀ ਹੈ, ਕਿੰਨੀਆਂ ਅਸਾਮੀਆਂ ਸੀ, ਕਦੋਂ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਗਈ, ਕਿੱਥੇ ਕੱਪੜੀ ਹੈ? ਸਰ ਸਾਡੀ ਭਰਤੀ ਜਨਵਰੀ 2021 ਦੇ ਵਿੱਚ ਇਹਨਾਂ ਨੇ ਐਡਵਰਟਾਈਜ਼ਮੈਂਟ ਦਿੱਤੀ ਸੀ ਪੀ ਟ੍ਰਿਪਲਸ ਬੋਰਡ ਨੇ, ਤੇ ਉਸ ਤੋਂ ਬਾਅਦ ਸਰ ਸਾਡੇ ਦੋ ਇਗਜ਼ਾਮ ਹੋਏ ਜਿਹਦੇ ਵਿੱਚ ਹੀ ਅਸੀਂ 1152 ਬੱਚੇ 2.5 ਲੱਖ ਦੇ ਵਿੱਚੋਂ पास हो गए मैरिट के आए हैं, तो उस तो बाद साड़ियाँ लगातार कांग्रेस सरकार के नाल पिछली सरकार के नाल मीटिंगां होंदियां रहियां जी। रेवन्यू डिपार्टमेंट के मिनिस्टर सी अरुणा चौधरी जी, उन्हां कोल असीं लगातार जाते रहे, चन्नी साहब नूं भी मिले दो बार, रातां नूं रोड़ां ते बैठे जी असीं, बहुत भुख प्यास कुड़ियां होंदियां साडे नाल जी, मुंडे विचारे बहुत दूरों दूरों दस नहीं सकदे किथे आ जी, भी मतलब कि असीं कुल मिला के जी जदों चोण जाबता लगण दे बिल्कुल किनारे सी, असीं एस एस बोर्ड के थ्रू भी धरने भी लाए जी, ਤੇ ਉਹਨਾਂ ਨੂੰ ਕਿਹਾ ਵੀ ਸਾਡੀ ਫਾਈਨਲਿਸਟ ਕੱਢਣੀ ਸੀ ਇੱਕ, ਪਰ ਪਿਛਲੀ ਸਰਕਾਰ ਜਾਂਦੀ ਜਾਂਦੀ ਕਿਸੇ ਵੀ ਭਰਤੀ ਨੂੰ ਸਿਰੇ ਨਹੀਂ ਲੱਗ ਗਈ ਜੀ, ਸਾਡੀ ਭਰਤੀ ਬਿਲਕੁਲ ਮਤਲਬ ਕਿ ਜੇ ਲਿਸਟ ਕੱਢ ਦਿੰਦੇ ਜੀ ਸਾਨੂੰ ਜੁਆਇਨਿੰਗ ਲੈਟਰ ਮਿਲ ਸਕਦੇ ਸੀ, ਪਰ ਪਤਾ ਨਹੀਂ ਸਰਕਾਰ ਦੀ ਕੀ ਮਨਸ਼ਾ ਸੀ, ਸਾਨੂੰ ਬਾਅਦ ਦੇ ਵਿੱਚ ਜਿਹੜੀ ਕਲੀਅਰ ਹੋ ਰਹੀ ਹੈ ਜੀ ਹੌਲੀ ਹੌਲੀ, ਤੇ ਹੁਣ ਨਵੀਂ ਸਰਕਾਰ ਆਈ ਹੈ ਸਰ ਭਗਵੰਤ ਮਾਨ ਜੀ ਦੀ, ਸਾਨੂੰ ਭਗਵੰਤ ਮਾਨ ਜੀ ਤੋਂ ਬਹੁਤ ਉਮੀਦ ਆ, ਅਸੀਂ 21 ਤਰੀਕ ਨੂੰ ਭਗਵੰਤ ਮਾਨ ਜੀ ਨੂੰ ਚੰਡੀਗੜ੍ਹ ਵਿਖੇ ਮਿਲ ਕੇ ਆਇਆ ਖੁਦ ਜੀ, ਤੇ ਉਹਨਾਂ ਨੇ ਸਾਨੂੰ ਲੈਟਰ ਪੜਿਆ ਸਾਡਾ, ਵਿਸ਼ਵਾਸ ਦਿਵਾਇਆ ਵੀ ਮੈਂ ਇਸ ਦੇ ਉੱਪਰ ਗੌਰ ਕਰੂੰਗਾ ਜੀ। ਜੋਗਿੰਦਰ ਸਿੰਘ ਜੀ ਮੈਨੂੰ ਇੱਕ ਗੱਲ ਜ਼ਰੂਰ ਦੱਸਿਓ ਕਿ ਮੰਨਿਆ ਜਾਂਦਾ ਕਿ ਪਟਵਾਰੀਆਂ ਦੀ ਭਰਤੀ ਦਾ ਪੇਪਰ ਸੁਖਾਲਾ ਨਹੀਂ ਹੁੰਦਾ, ਜਾਨੀ ਜੋ ਤੁਸੀਂ ਪਟਵਾਰੀ ਲੱਗਣਾ, ਪ੍ਰਕਿਰਿਆ ਕੀ ਹੁੰਦੀ ਹੈ, ਯੋਗਤਾ ਕੀ ਰੱਖੀ ਗਈ ਸੀ, ਫੀਸ ਕਿੰਨੀ ਲਈ ਗਈ ਸੀ ਭਰਤੀ ਦੀ, ਤਾਂ ਕਿਹੜੇ ਮਹੀਨੇ ਦੇ ਵਿੱਚ ਇਸ਼ਤਿਹਾਰ ਆਇਆ ਸੀ ਜੀ? ਸਰ ਸਾਡਾ ਇਸ਼ਤਿਹਾਰ 14 ਜਨਵਰੀ 2021 ਨੂੰ ਆਇਆ ਸੀ, ਤੇ ਸਾਡੀ 1400 ਰੁਪਏ ਫੀਸ ਸੀ, 1000 ਰੁਪਏ ਫੀਸ ਸੀ, ਅਲੱਗ ਅਲੱਗ ਕੈਟਾਗਰੀ ਦੀ 500 ਫੀਸ ਸੀ ਕਿਸੇ ਦੀ, ਉਸ ਤੋਂ ਬਾਅਦ ਹੀ ਗ੍ਰੈਜੂਏਸ਼ਨ ਇਹਦੇ ਵਿੱਚ ਮੰਗੀ ਗਈ ਸੀ, ਬੱਚੇ ਐਮ ਏ ਬੀ ਐਡ ਵੀ ਕੁੱਲ ਮਿਲਾ ਕੇ ਜੀ ਟੀਚਰਾਂ ਨੇ ਪੇਪਰ ਦਿੱਤਾ ਜੀ, ਬੀ ਐਡ ਪੀ ਐਚ ਡੀ ਵਾਲਿਆਂ ਨੇ ਜੀ, 2.5 ਲੱਖ ਬੱਚਾ ਪੇਪਰ ਦੇ ਵਿੱਚ ਬੈਠਿਆ, ਬੱਸਾਂ ਭਰ ਭਰ ਗਈਆਂ, ਤੁਹਾਨੂੰ ਨਿਊਜ਼ ਦੇ ਥਰੂ ਪਤਾ ਵੀ ਲੱਗਿਆ ਹੋਣਾ ਵੀ ਬੱਸ ਵੀ ਪਲਟੀ ਹੋ ਗਈ, ਐਕਸੀਡੈਂਟ ਵੀ ਹੋਏ ਜੀ ਬਹੁਤ ਜ਼ਿਆਦੇ, ਉਹ ਮੈਟ ਦੇ ਵਿੱਚੋਂ ਹੀ ਅਸੀਂ ਬਿਲਕੁਲ ਫਿਲਟਰ ਲਾ ਕੇ 1152 ਬੱਚੇ ਜਿਹਦੇ ਵਿੱਚ 1090 ਪਟਵਾਰੀ ਤੇ ਬਾਕੀ ਨਹਿਰੀ ਪਟਵਾਰੀ ਤੇ ਜ਼ਿਲ੍ਹੇਦਾਰੀ ਅਸੀਂ ਬਿਲਕੁਲ ਨਰੋਲ ਮੈਟ ਦੇ ਵਿੱਚ ਆਏ ਹੋਏ ਹਾਂ ਜੀ, ਸਰਕਾਰ ਨੂੰ ਪਤਾ ਨਹੀਂ ਕੀ ਮਤਲਬ ਕਿ ਚਾਹੁੰਦੀ ਹੈ ਜੀ, ਡਿਪਾਰਟਮੈਂਟ ਖਾਲੀ ਪਿਆ, 3000 ਤੋਂ ਪਲੱਸ ਪੋਸਟਾਂ ਸਰ ਇਹਦੇ ਵਿੱਚ ਵਿਭਾਗ ਦੇ ਵਿੱਚ ਖਾਲੀ ਪਈਆਂ ਨੇ, ਸਰਕਾਰ ਹੁਣ ਜਿੱਦਾਂ ਪ੍ਰੈਸ਼ਰ ਪਾ ਰਹੀ ਹੈ ਵਾਰ ਵਾਰ ਪਟਵਾਰੀਆਂ ਤੇ ਜਾ ਕੇ ਹੋਰ ਡਿਪਾਰਟਮੈਂਟਾਂ ਦੇ ਮੁਲਾਜ਼ਮਾਂ ਦੇ ਉੱਪਰ ਜਾ ਕੇ ਸਰ ਵੀ ਰਿਸ਼ਵਤ ਨਹੀਂ ਲੈਣੀ ਰਿਸ਼ਵਤ ਨਹੀਂ ਲੈਣੀ, ਅਸੀਂ ਵੀ ਸਰ ਇਹੀ ਤੁਹਾਡੇ ਚੈਨਲ ਥਰੂ ਦੱਸਣਾ ਚਾਹੁੰਦੇ ਹਾਂ ਵੀ ਸਰ ਜਿੰਨਾ ਚਿਰ ਆਪਾਂ ਸਟਾਫ ਨਹੀਂ ਪੂਰਾ ਕਰਾਂਗੇ ਉੱਥੋਂ, ਇੱਕ ਪਟਵਾਰੀ ਜੀ ਕੋਲੇ 20-21 ਪਿੰਡ ਨੇ ਜੀ, ਉਹ ਵਿਚਾਰਾ ਕਿੰਨਾ ਕੰਮ ਕਰ ਸਕਦਾ ਜੀ ਇੱਕ ਪਟਵਾਰੀ ਕੋਲੇ, ਹਾਲਾਂਕਿ ਉਹਦੇ ਕੋਲੇ 2 ਜਾਂ 3 ਪਿੰਡ ਹੋ ਸਕਦੇ ਨੇ, ਤੇ ਰਕਬੇ ਦੇ ਹਿਸਾਬ ਨਾਲ ਹੁੰਦਾ ਏਰੀਆ ਇਹ, ਜੇ ਆਪਣੇ ਕੋਲੇ ਮੁਲਾਜ਼ਮ ਨਹੀਂ ਹੈਗੇ ਜੀ ਉਹਨੂੰ ਮਤਲਬ ਕਿ ਬਿਲਕੁਲ ਇੱਕ ਮਿੰਟ ਵੀ ਟਾਈਮ ਨਹੀਂ ਹੈਗਾ ਪਟਵਾਰੀਆਂ ਕੋਲੇ, ਤੁਸੀਂ ਵੀ ਜਾ ਕੇ ਦੇਖ ਸਕਦੇ ਹੋ ਜੀ, ਉੱਪਰੋਂ ਆਪਾਂ ਮਤਲਬ ਕਿ ਕਹਾਂਗੇ ਤੁਸੀਂ ਆਹ ਕੰਮ ਕਰੋ ਸਾਡਾ, ਉੱਪਰੋਂ ਪ੍ਰੈਸ਼ਰ ਹੈ ਨਾ ਜੀ, ਸਭ ਕੁਛ ਹੁੰਦਾ ਜੀ ਇਹ, ਤੇ ਸਰਕਾਰ ਨੂੰ ਅਸੀਂ ਇਹੀ ਬੇਨਤੀ ਕਰਦੇ ਹਾਂ ਵੀ ਕੰਮ ਤਾਂ ਹੀ ਠੀਕ ਚੱਲੂਗਾ ਸਰਕਾਰ ਦਾ ਵੀ ਜੇ ਤੁਸੀਂ ਭਾਈ ਭਰਤੀ ਕਰੋਗੇ ਨਵੇਂ ਬੱਚੇ ਜੀ। ਜਿਹੜੇ ਸਿੰਘ ਜੀ ਇੱਕ ਗੱਲ ਦੱਸਿਓ ਕਿ ਤੁਸੀਂ ਕਿਹਾ 3000 ਅਸਾਮੀਆਂ ਪਟਵਾਰੀਆਂ ਦੀਆਂ ਖਾਲੀ ਨੇ, ਜਾਨੀ ਜੇ ਤੁਹਾਡੀਆਂ 1152 ਭਰ ਵੀ ਦਿੱਤੀਆਂ, 1800-1900 ਅਸਾਮੀਆਂ ਤਾਂ ਵੀ ਖਾਲੀ ਰਹਿ ਜਾਣੀਆਂ ਜੀ। ਸਰ ਅਸੀਂ 1152 ਬੱਚੇ ਜਦੋਂ ਭਰਤੀ ਹੋ ਗਏ, ਮੈਂ ਜੂਨੀਅਰ ਦਾ ਪ੍ਰੈਜ਼ੀਡੈਂਟ ਹਾਂ ਸਰ, ਕਿਉਂਕਿ ਸਾਡੇ ਜਿਹੜੇ ਇਸ ਟਾਈਮ ਪਟਵਾਰੀਆਂ ਦੇ ਪ੍ਰਧਾਨ ਨੇ ਹਰਵੀਰ ਢੀਂਡਸਾ ਜੀ ਨੇ ਇਸ ਟਾਈਮ, ਤੇ ਉਹਨਾਂ ਨੇ ਮੈਨੂੰ ਇੱਕ ਗੱਲ ਹੀ ਮੇਰੇ ਦਿਮਾਗ 'ਚ ਬਿਠਾਈ ਸੀ ਵੀ ਜੋਗਿੰਦਰ ਸਿੰਘ ਮੈਂ ਤੁਹਾਡੀ ਭਰਤੀ ਕਢਵਾ ਦਿੱਤੀ ਆ, ਇਹ ਭਰਤੀ ਅਸੀਂ ਸਿਰੇ ਲਵਾ ਦਾਂਗੇ, ਤੇ ਅਗਲੀ ਭਰਤੀ ਮੈਨੂੰ ਕਹਿੰਦਾ ਵੀ ਤੁਸੀਂ ਕਢਵਾਉਣੀ ਆ ਕੇ ਜੀ, ਉਹ ਸਾਡਾ ਫਰਜ਼ ਆ ਸਰ, ਅਸੀਂ ਪੂਰਾ ਕਰਾਂਗੇ, ਹਰ ਹਾਲਤ 'ਚ ਮੈਂ ਜਿਵੇਂ ਮਰਜ਼ੀ ਪੂਰਾ ਕਰਾਂ ਸਰ, ਅਗਲੀ ਭਰਤੀ ਸਰਕਾਰ ਤੋਂ ਅਸੀਂ ਕਢਵਾਵਾਂਗੇ। ਅੱਛਾ ਜੋਗਿੰਦਰ ਸਿੰਘ ਜੀ, ਹੋਈ ਪਈ ਆ ਸਰ, ਇੱਕ ਚੀਜ਼ ਦੱਸਿਓ, ਇਹ ਗੱਲ ਤੁਹਾਡੀ ਠੀਕ ਹੈ, ਪਰ ਕਈ ਵਾਰੀ ਨਾ ਆਮ ਲੋਕਾਂ ਨੂੰ, ਕਿਉਂਕਿ ਤੁਸੀਂ ਅਜੇ ਭਰਤੀ ਹੋਣਾ, ਅਸੀਂ ਉਮੀਦ ਕਰਦੇ ਹਾਂ ਕਿ ਤੁਹਾਡੀਆਂ ਨਿਯੁਕਤੀਆਂ ਹੋਣ, ਤੁਸੀਂ ਪਟਵਾਰਖਾਨਿਆਂ ਦੇ ਵਿੱਚ ਜਾ ਕੇ ਬੈਠੋ, ਇਮਾਨਦਾਰ ਜੀ ਤੇ
बेईमानी दे विच फर्क थोड़ा हुंदा इमानदारी ते बेईमानी दे विच ना। कई बार लोगों दीआं तंगियां परेशानियां हुंदियां जी, उत्थे पैसे लैके काम हुंदे, असीं सारिआं दी गल नहीं करदे, इमानदार पटवारियों की भी कोई कमी नहीं, पर जिन्हें थोड़े नौजवान ने तुसीं दस्सिआ पी एच डी है, एम ए कीती हुई है, वड्डे वड्डे जानी क्वालीफाइड लोग ने, जदों तुसीं आपस विच मिलदे हो कदे ये भी मन दे विच आउंदा है, क्योंकि जिहड़े महकमे दे विच तुसीं भर्ती होना है कि भाई उहनूं इमानदारी की मिसाल भी बनाउणा है कि लोग आउणगे उहनां नूं मिठा बोलांगे आपां, उहनां दा काम वेले सिर करांगे सारा कुछ। सर मैं यही दसना चाहना भी देखो जी पंजे उंगलां बराबर नहीं होंदी जी, हरेक महकमे दे विच कोई पूर्णता ही होंदी आ जी, पर जिहड़ा हुण अजकल दा भविख ही नौजवान आ उह हरेक वर्ग नूं देख के चलदा जी, पुराणा इक समां नहीं रहा जी। हुण सर मैं तुहाडे चैनल थ्रू चलो एक गल यही करना चाहुंदा जी, जिहड़ी भर्ती साडी कढ़ी है सर इहनां ने 5000 रुपए दे उप्पर पटवारी साडी ट्रेनिंग दे विच इह सानूं दे रहे ने सर, तुसीं आप दसो 5000 दे विच तां इह पेट्रोल पूरा नहीं हुंदा जी। सरकार नूं चाहीदा भी घट्टो घट्ट बेसिक पे सानूं 19900 जिहड़ी बन रही है हरेक डिपार्टमेंट दे विच मिल रही है इस टाइम, उह सानूं लेवल दित्ता जावे ते फिर आपां रिश्वत बंद कर सकदे हां सर। क्योंकि भगवंत मान जी कोल मैं गया ते उन्होंने यही गल कही आ भी काका असीं तुहाडी भर्ती ते गौर करांगे, उस तों बाद जिहड़े हरपाल चीमा जी ने अज साडी टीम मिल के आई है संगरूर दे विच, उहनां नूं जाके जी उन्होंने अपनी सरकार आउण तों पहलां आम आदमी पार्टी दी सरकार उन्होंने बयान जारी किया सर, जिहड़ी कटिंग साडे कोल हजे तक पई आ भी असीं पेंडिंग भर्तियां पूरियां करांगे ते होर भी भर्तियां नवीआं कढांगे। असीं सरकार नूं सर इह पुछणा चाहुंदे आ भी तुसीं 25000 भर्तियां कढतियां, असीं सर उहदा स्वागत करदे आ बहुत बहुत, क्योंकि साडे वीर भरावां नूं रुजगार मिलूगा जी जी, ते असीं इह कहिंदे आ भी सानूं भाई उहदा भी बयान जारी करो, जिहड़ियां पहलियां भर्तियां बिलकुल टॉप ते पईआं ने किनारे ते ने, जिद्दां पटवारी दी होगी, एक्साइज दी होगी, पंजाब पुलिस दी होगी, होर भी किन्नियां भर्तियां ने सर, मैं नाम नहीं लैणा चाहुंदा सारिआं दे क्योंकि समां लंबा हो जाणा फिर, ते उस तों बाद असीं भी सरकार नूं इह गुजारिश करदे आं जी भी साडे वास्ते बयान जारी करन, पहलां उह भर्तियां सिरे करन जी चाढ़न, उह ਇਹ ਭਰਤੀਆਂ ਜ਼ਰੂਰ ਕਰਨ 25000, ਅਸੀਂ ਇਹਦੇ ਵਿੱਚ ਰੋਕ ਨਹੀਂ ਲਾਉਂਦੇ ਵੀ ਸਾਡਾ ਵੀ ਕੋਈ ਹੱਲ ਕਰਨ ਜੀ ਇਹ। ਠੀਕ ਹੈ ਜੀ ਜੋਗਿੰਦਰ ਸਿੰਘ ਜੀ, ਉਮੀਦ ਕਰਦੇ ਹਾਂ ਕਿਉਂਕਿ ਤੁਹਾਡਾ ਕੰਮ ਐਨ ਕੰਡੇ ਤੇ ਸਿਰੇ ਤੇ ਪੁੱਜਿਆ ਪਿਆ ਕਿ ਉਹ ਪ੍ਰਕਿਰਿਆ ਹੋ ਗਈ ਹੈ, ਜੇ ਤੁਹਾਨੂੰ ਉਹ ਮਿਲੇ ਨੇ ਖਜ਼ਾਨਾ ਮੰਤਰੀ ਸਾਹਿਬ ਵੀ, ਮੁੱਖ ਮੰਤਰੀ ਸਾਹਿਬ ਵੀ, ਉਹਨਾਂ ਨੇ ਗੌਰ ਕਰਨ ਦੀ ਗੱਲ ਆਖੀ ਹੈ, ਕਿਉਂਕਿ ਜੇ ਸਿਰਫ ਵਰਬਲੀ ਐਲਾਨ ਹੋਇਆ 25000 ਦਾ, ਉਹ ਨੋਟੀਫਿਕੇਸ਼ਨ ਅਜੇ ਨਹੀਂ ਹੋਇਆ, ਕੁਛ ਵੀ ਇਸ਼ਤਿਹਾਰ ਜਿਹੜਾ ਜਾਰੀ ਨਹੀਂ ਕੀਤਾ ਗਿਆ, ਹੋ ਸਕਦਾ ਕਿ ਉਹਦੇ ਤੋਂ ਪਹਿਲਾਂ ਪਹਿਲਾਂ ਤੁਹਾਡਾ ਕੰਮ ਵੀ ਮੁਕੰਮਲ ਹੋ ਜਾਏ, ਤੁਸੀਂ ਜੁੜੇ, ਤੁਹਾਡਾ ਬਹੁਤ ਧੰਨਵਾਦ, ਹਫ਼ਤੇ 10 ਦਿਨਾਂ ਤੱਕ ਤੁਹਾਡੇ ਨਾਲ ਕਰੀ ਦੁਬਾਰਾ ਗੱਲ ਕਰਾਂਗੇ ਜੀ, ਮਿਹਰਬਾਨੀ।